ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ ਆਵਾਜ਼ ਤੁਹਾਡੀ ਕਲਮ ਸਾਡੀ ਪੰਜਾਬ ਵਿੱਚ ਦਿਨੋ ਦਿਨ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਜੇ ਗੱਲ ਮੋਗਾ ਦੀ ਕਰੀਏ ਤਾਂ ਮੋਗਾ ਵਿੱਚ ਵੀ ਕਰੋਨਾ ਦਾ ਕਹਿਰ ਜਾਰੀ ਹੈ ਕਰੋਨਾ ਮਹਾਮਾਰੀ ਦੇ ਕਾਰਨ ਰੋਜ਼ਾਨਾ ਵੱਧ ਰਹੇ ਮਰੀਜ਼ਾਂ ਦੀ ਗਿਣਤੀ ਨੂੰ ਦੇਖ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਮਾਸਕ ਲਗਾਉਣ ਅਤੇ ਸਮਾਜਿਕ ਦੂਰੀ ਬਣਾਉਣ ਦੀ ਅਪੀਲ ਵਾਰ ਵਾਰ ਕੀਤੀ ਜਾ ਰਹੀ ਹੈ ਜੇਕਰ ਬਾਲੀਵੁੱਡ ਦੀ ਗੱਲ ਕਰੀਏ ਤਾਂ ਜਿੱਥੇ ਬਾਲੀਵੁੱਡ ਦੇ ਸਿਤਾਰੇ ਸੋਨੂ ਸੂਦ ਕਰੋਨਾ ਕਾਲ ਵਿੱਚ ਸਮਾਜ ਦੀ ਸੇਵਾ ਲਈ ਮੁੰਬਈ ਵਿੱਚ ਬਹੁਤ ਵੱਡੇ ਵੱਡੇ ਕੰਮ ਕਰ ਰਹੇ ਨੇ ਉੱਥੇ ਹੀ ਸੋਨੂ ਸੂਦ ਦੀ ਭੈਣ ਮਾਲਵਿਕਾ ਵੀ ਮੋਗਾ ਵਿਖੇ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ ਜਿੱਥੇ ਇੱਕ ਪਾਸੇ ਮਾਲਵਿਕਾ ਬੱਚਿਆਂ ਨੂੰ ਆਨਲਾਈਨ ਸਿੱਖਿਆ ਦੇ ਰਹੀ ਹੈ ਉੱਥੇ ਹੀ ਉਹਨਾਂ ਵੱਲੋਂ ਆਮ ਲੋਕਾਂ ਨੂੰ ਫੇਸ ਮਾਸਕ ਸ਼ੀਲਡ ਬਣਾ ਕੇ ਵੰਡੇ ਜਾ ਰਹੇ ਨੇ ਪਹਿਲੇ ਪੜਾਅ ਵਿੱਚ ਉਸਨੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਫੇਸ ਸ਼ੀਲਡ ਮਾਸਕ ਦਿੱਤੇ ਹੁਣ ਬੈਂਕ ਕਰਮਚਾਰੀਆਂ ਅਤੇ ਸਕੂਲ ਅਧਿਆਪਕਾਂ ਨੂੰ ਮਾਸਕ ਦੇ ਰਹੀ ਹੈ ਤਾਂ ਜੋ ਲੋਕ ਕਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬਚ ਸਕਣ ਮੈਂ ਦੇਖੇ ਸਕੂਲਸ ਔਰ ਬੈਂਕਿੰਗ ਸੈਕਟਰ ਜੋ ਹੈ ਕਵਰ ਕਰ ਰਹੀ ਹੂੰ ਅਭੀ ਪਹਿਲੇ ਮੈਨੇ ਅਲੱਗ ਅਲੱਗ ਜਹਾਂ ਪੇ ਜ਼ਰੂਰਤ ਥੀ ਸਿਵਲ ਹਾਸਪਿਟਲ ਮੇਂ ਮੈਨੇ ਦੀਆ ਮੇਰੇ ਕੋ ਲਗਤਾ ਹੈ ਕਿ ਜੋ ਹਮਾਰੇ ਟੀਚਿੰਗ ਮੇਂ ਜੋ ਹੈ ਟੀਚਰਸ ਉਨਕੋ ਬਹੁਤ ਜ਼ਰੂਰਤ ਹੈ ਫੇਸ ਸ਼ੀਲਡਸ ਕੀ ਕਿਉਂਕਿ ਵੋ ਰੋਜ਼ ਆਨਲਾਈਨ ਕਲਾਸਿਸ ਲੇਤੇ ਹੈ ਮਾਸਕ ਡਾਲ ਕੇ ਆਨਲਾਈਨ ਕਲਾਸਿਸ ਲੈਣਾ ਬਹੁਤ ਮੁਸ਼ਕਿਲ ਹੈ ਇਹ ਜੋ ਫੇਸ ਸ਼ੀਲਡਸ ਹੈ ਬਹੁਤ ਹੈਲਪਫੁਲ ਰਹੇਗੀ ਹਮਾਰੇ ਟੀਚਰਸ ਕੇ ਲੀ ਲੈਕਚਰ ਡਿਲੀਵਰ ਕਰਨੇ ਕੇ ਲੀ ਉਨਕੀ ਵੋਇਸ ਵੀ ਜੋ ਹੈ ਆਡੀਬਲ ਰਹੇਗੀ ਸਟੂਡੈਂਟਸ ਕੇ ਲੀ ਔਰ ਮੈਨੂੰ ਲਗਤਾ ਹੈ ਇਹ ਕਾਫੀ ਹੈਲਪਫੁਲ ਰਹੇਗਾ ਉਨਕੋ मैंने अभी रिसेंटली आरके स्कूल में दिया है सिविल हॉस्पिटल में दिया है और जो और नीडी लोग थे वो मेरे उनको मालूम है कि मैं घर में बनाती हूँ ये फेस शील्ड्स और मेरे पास घर से वो लेके गए हैं न्यूज़ डेस्क तो हरमन जंडू दे नाल ब्यूरो रिपोर्ट वॉइस ऑफ पंजाब मोगा